अज 295 पिंड मानको जिला जलंधर विच किसानी हट जो है वह खोलिया गया। एक शहर की तर्ज के उत्ते एक ऐस पैटर्न का स्टोर भी पिंडा विच पहला नहीं होंदे सी, अज किसान हट 13-13 की एक मेम ने अज पिंडा विच स्टोर खड़े कर दिते है। किसान हट ते आओ, स्मार्ट कार्ड बनवाओ, सब तो सस्ता राशन लै जाओ। किसान हट 13-13 सेवा केंद्र उहदे जरिए किसान उत्थे जाके जे उन्हें सब्जी वेचनी आ तो उत्थे जाके लिखा सकदा भी मैं सब्जी बीजी आ, मैनू किसान हट दे उत्ते प्रोवाइड कराओ जगह, तो असी उन्हूं जगह प्रोवाइड करा के नाल जोड़ के उन्हूं असी किसानों तो कोई प्रॉफिट नहीं लैना। तुसीं नौकरियां वास्ते भी दस्सदे सी, किवें नौकरियां दोगे किसानी हट ते? देखो जी, किसान हट दे उत्ते नौकरियां दे 3 सिस्टम ने। पहला जिहड़ा स्टोर चलदे आ उत्थे नौकरी दित्ती जांदी आ, भी मान लो जो एक एक दुकान के उत्ते 3-4 लड़कियां की जरूरत पैंदी है जां लड़कियां की लोड़ पैंदी आ। दूजे नंबर जिहड़ियां साडियां फैक्ट्रियां ने उहनां 'च लोकां की लोड़ पैंदी आ, फिर साडा माल सप्लाई करन वास्ते लोड़ पैंदी आ। तुसीं कह भी दिओ सी कि 750 किसान जो शहीद होया सी उहनां दे परिवार नूं पहल दे आधार ते नौकरी मिलेगी। इहदे नेड़े जो भी कोई किसान जिहड़ा उत्थे शहीद होया तां असीं इक परिवार नूं 1000 रुपए का राशन पैक का एक साल लई फ्री देवांगे। अज तों भी एक परिवार जिहड़ा उत्थे जाके मान लो अंदोलन जे बंदा शहीद हो गया भी 750 स्टोर हो गया, 750 स्टोर ते हर एक परिवार नूं फ्री दा राशन, फ्री दा राशन महीने च या 1000 दा महीने विच, एक तरीक नूं अगला जन दो नूं लाजन उहनां नूं बस उत्थे समान कि साल दा 12000 रुपया हो गया। साल दा 12000 जिन्ने असीं जोगे हैगे आ, असीं कोई सरकार नहीं हैगे, असीं जिन्ने जोगे हैगे आ असीं हर जगह दे उत्ते असीं अपने ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪੰਜਾਬੀ ਲੋਕਾਂ ਨਾਲ ਖੜਾਂਗੇ। ਜੇ ਚਲੋ 750 ਪਰਿਵਾਰ ਨੂੰ ਨੌਕਰੀ ਮਿਲ ਜਾਂਦੀ ਹੈ, ਉਸੇ ਬਾਵਜੂਦ ਹੋ ਵੀ ਬੜੇ ਬੇਰੁਜ਼ਗਾਰ ਨੌਜਵਾਨ ਨੇ, ਫਿਰ ਉਹਨਾਂ ਵਾਸਤੇ ਕੋਈ ਆਫਰ ਹੈ ਕੀ? ਸਾਡੀ ਫੈਕਟਰੀ ਵਿੱਚ 100 ਲੇਡੀਜ਼ ਕੰਮ ਕਰਦੀ ਆ ਇਸ ਵੇਲੇ, ਇੱਕੋ ਏਰੀਏ ਦੀ ਆ, ਠੀਕ ਹੈ ਜੀ। ਅਤੇ ਉਹ ਵਿਚਾਰੇ ਉਹ ਕਿਹੜਾ ਸ਼ਹੀਦ ਹੋਇਆ ਵਿਚਾਰੇ, ਉਹ ਤਾਂ ਪਿੰਡ ਦੇ ਮਜ਼ਦੂਰਾਂ ਦੀਆਂ ਲੇਡੀਜ਼ ਨੇ, 70 ਸਾਲ ਦੀ ਔਰਤ ਵੀ ਉੱਥੇ ਕੰਮ ਕਰਦੀ ਹੈ। ਮੈਂ ਕਹਿੰਦਾ ਮਾਤਾ ਤੈਨੂੰ ਕੰਮ ਕਰਨ ਦੀ ਕੀ ਲੋੜ ਆ ਵੀ ਤੇਰੀ ਉਮਰ ਹੈ? ਕਹਿੰਦੀ ਪੁੱਤ ਘਰ ਵਾਲਾ ਹੈ ਨਹੀਂ, ਮੁੰਡਾ ਨਸ਼ਈ ਆ, ਕੰਮ ਕੋਈ ਕਰਦਾ ਨਹੀਂ, ਢਿੱਡ ਦਾ ਪਾਲਣਾ। ਪਹਿਲਾਂ ਮਜ਼ਾਕ ਕਰਦੇ ਆ ਲੋਕ, ਫਿਰ ਉਹਦਾ ਵਿਰੋਧ ਕਰਦੇ ਆ ਪੂਰਾ, ਅਤੇ ਤੀਜੇ ਨੰਬਰ 'ਤੇ ਜੁੜਦੇ ਆ, ਫਿਰ ਉਹ ਕਹਿੰਦੇ ਤੁਹਾਡੇ ਨਾਲ ਚੱਲਦੇ ਆ। ਉਹ ਤੀਜੀ ਸਟੇਜ ਸਾਡੀ ਆ ਗਈ ਹੁਣ। ਮੈਂ ਕਹਿੰਦਾ ਵੀ ਸਿੱਖ ਸਿੱਖ ਨੂੰ ਨਾ ਮਾਰੇ ਅਤੇ ਕੌਮ ਕਦੇ ਵੀ ਨਾ ਹਾਰੇ, ਜਾਂ ਮੈਂ ਕਹਿੰਦਾ ਪੰਜਾਬੀ ਪੰਜਾਬੀ ਨੂੰ ਨਾ ਮਾਰੇ ਅਤੇ ਕੌਮ ਕਦੇ ਵੀ ਨਾ ਹਾਰੇ। ਬਈ ਮੈਂ ਕਿਸਾਨਾਂ ਨੂੰ ਇਹ ਕਹੂੰਗਾ ਕਿਸੇ ਬੰਦੇ ਨੂੰ ਵੀ ਆਹ 13-13 ਨਾਲ ਲੋਗੋ ਜ਼ਰੂਰ ਵੇਖ ਲਿਓ। ਕਈ ਬੰਦੇ ਕੁਛ ਲਿਖ ਲਿਆ ਵੀ ਸਾਡੇ ਲੋਕਾਂ ਦੀ ਇੱਕ ਬਹੁਤ ਪ੍ਰੋਬਲਮ ਹੈ ਕਿ ਉਹ ਕਿਸਾਨ ਹੱਟ ਦੇ ਬੈਨਰ ਥੱਲੇ ਮਾੜੀਆਂ ਚੀਜ਼ਾਂ ਲੋਕਾਂ ਨੂੰ ਵੇਚਦੇ ਆ ਕਈ ਲੋਕ। ਇਹਦੇ ਤੋਂ ਬਚੋ, ਇੱਥੋਂ ਸਬਜ਼ੀ ਤਿਆਰ ਹੋ ਗਈ, ਉਹ ਸੇਵਾ ਕੇਂਦਰ ਕਹੂਗਾ ਵੀ ਇੱਥੋਂ ਤੁਸੀਂ ਸਬਜ਼ੀ ਲੁਧਿਆਣੇ ਭੇਜ ਦਿਓ, ਵੀ ਉੱਥੋਂ ਵਾਲੇ ਸਟੋਰ 'ਤੇ ਇੰਨੀ ਡਿਮਾਂਡ ਹੈ ਕੱਲ੍ਹ ਨੂੰ। ਤੀਜੇ ਨੰਬਰ ਦੇ ਵਿੱਚ ਇੱਥੋਂ ਦੁੱਧ ਭੇਜ ਦਿਓ, ਉੱਥੇ ਇਹੀ ਸਟੋਰ ਵਾਲਾ ਭੇਜਣਗੇ, ਇਹੀ ਸਟੋਰ ਵਾਲੇ ਇੱਥੋਂ ਭੇਜਣਗੇ, ਉਹਦਾ ਪੂਰੇ ਦਾ ਪੂਰਾ ਸੌਖਾ। ਕਿਸਾਨ ਨੇ ਆਪਦੀ ਵੇਚਤੀ ਉੱਥੇ, ਸਾਨ ਨੇ ਇੱਥੇ ਵੇਚਤੀ, ਇੱਥੋਂ ਉੱਥੇ ਪਹੁੰਚ ਗਈ। ਜੇ ਕਿਸੇ ਨੇ ਸਟੋਰ ਖੋਲ੍ਹਣਾ ਜਾਂ ਕੋਈ ਵੀ ਹੋਰ ਵੀ ਜਾਣਕਾਰੀ ਲੈਣੀ ਹੈ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਿਸਾਨੀ ਅੰਦੋਲਨ ਦਰਮਿਆਨ 750 ਕਿਸਾਨ ਸ਼ਹੀਦ ਹੋ ਗਏ ਸੀ ਤਾਂ 380 ਦਿਨ ਦਿੱਲੀ ਦੀਆਂ ਬਦੂਹਾਂ 'ਤੇ ਕਿਸਾਨ ਬੈਠਾ ਸੀ। ਉਸ ਸਮੇਂ ਇੱਕੋ ਚਰਚਾ ਹੁੰਦੀ ਸੀ, ਕਿਉਂ ਨਹੀਂ ਕਿਸਾਨ ਆਪਣੀ ਫਸਲ ਸਬਜ਼ੀਆਂ ਲਿਜਾ ਕੇ ਆਪ ਵੇਚਦਾ, ਕਿਉਂ ਦੂਸਰਿਆਂ ਦੇ ਹੱਥੇ ਜਾ ਕੇ ਉਹ ਸਬਜ਼ੀਆਂ ਅਤੇ ਆਪਣੀ ਫਸਲਾਂ ਵੇਚਦਾ। ਅਤੇ ਉਸ ਦਰਮਿਆਨ ਇੱਕ ਜਗਦੇਵ ਸਿੰਘ ਨੇ ਉਹਨਾਂ ਦਾ ਇੰਟਰਵਿਊ ਕੀਤਾ ਗਿਆ ਸੀ ਜਨਵਰੀ ਮਹੀਨੇ, ਤਾਂ ਉਸ ਦਰਮਿਆਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਉਹ ਕਿਸਾਨਾਂ ਦੀਆਂ ਫਸਲਾਂ ਅਤੇ ਸਬਜ਼ੀਆਂ ਲੈ ਕੇ ਉਹ ਸ਼ੋਧਨ ਦੇ ਵਿੱਚ ਲਿਜਾ ਕੇ ਵੇਚਣਗੇ। ਅਤੇ ਅੱਜ 295 ਪਿੰਡ ਮਾਨਕੋ ਜ਼ਿਲ੍ਹਾ ਜਲੰਧਰ ਵਿੱਚ ਕਿਸਾਨੀ ਹੱਟ ਜੋ ਹੈ ਉਹ ਖੋਲ੍ਹਿਆ ਗਿਆ। ਤਾਂ ਜਗਦੇਵ ਸਿੰਘ ਸਾਡੇ ਨਾਲ ਨੇ, ਹੁਣ ਦੱਸ ਵੀ ਰਹੇ ਸੀ ਕਿਹੜੀਆਂ ਕਿਹੜੀਆਂ ਕਾਰਡ ਦੇ ਉੱਤੇ ਸਕੀਮਾਂ ਹੈਗੀਆਂ ਨੇ, ਕਿਸ ਤਰੀਕੇ ਨਾਲ ਨੌਕਰੀਆਂ ਦਿੱਤੀਆਂ ਜਾਣਗੀਆਂ ਜਿੱਥੇ ਕਿਸਾਨੀ ਹੱਟ ਖੁੱਲੂਗਾ। ਦੂਸਰੇ ਪਾਸੇ ਜਿੱਥੇ ਕਿਸਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਉੱਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਹੁਣ ਸਭ ਤੋਂ ਅਹਿਮ ਸਵਾਲ ਹੁੰਦਾ ਕਿ ਕਿਸਾਨੀ ਹੱਟ ਵੱਲੋਂ ਜੇ ਕਿਸੇ ਨੂੰ ਘਰੇ ਰਾਸ਼ਨ ਚਾਹੀਦਾ ਉਸਦੀ ਕੀ ਸਕੀਮ ਹੈ, ਹੋਰ ਕਿਹੜੀ ਕਿਹੜੀ ਨਵੀਆਂ ਸਕੀਮਾਂ ਨੇ, ਖੁਦ ਦੱਸਣਗੇ ਜਗਦੇਵ ਸਿੰਘ ਜੋ ਸਾਡੇ ਨਾਲ ਮੌਜੂਦ ਨੇ। ਜਗਦੇਵ ਸਿੰਘ ਬਾਬਾ, ਸਵਾਗਤ ਹੈ ਪੰਜਾਬ ਨਿਊਜ਼ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧਾਈਆਂ ਨੇ ਤੁਹਾਨੂੰ, 295 ਜਿਹੜਾ ਕਿਸਾਨੀ ਹੱਟ ਜੋ ਇੱਕ ਪਿੰਡ ਵਿੱਚ ਖੋਲ੍ਹਿਆ ਗਿਆ। ਦੇਖੋ ਜੀ, ਇਹ ਵਧਾਈਆਂ ਉਹਨਾਂ ਸਾਰੇ ਕਿਸਾਨਾਂ ਨੂੰ ਹੈ, ਉਹਨਾਂ ਭਰਾਵਾਂ ਨੂੰ ਹੈ, ਉਹਨਾਂ ਲੋਕਾਂ ਨੂੰ ਹੈ, NRI ਵੀਰੋਂ ਨੇ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਕਿਉਂਕਿ ਜਦੋਂ ਕੋਈ ਵੀ ਕੰਮ ਸ਼ੁਰੂ ਹੁੰਦਾ ਉਦੋਂ ਇੱਕ ਵਾਰੀ ਲੋਕ ਉਹਨੂੰ ਇੱਕ ਵਾਰ ਪੈ ਜਾਂਦੇ ਆ, ਬਾਅਦ ਵਿੱਚ ਉਹ ਹੌਲੀ ਹੌਲੀ ਖਤਮ ਹੋ ਜਾਂਦਾ। ਪਰ ਜਿਹੜਾ ਕਿਸਾਨ ਹੱਟ 13-13 ਇਹ ਦਿਨ ਬ ਦਿਨ ਮਤਲਬ ਅੱਗੇ ਨੂੰ ਵੱਧ ਰਿਹਾ, ਅਤੇ ਅੱਜ 295 ਸਟੋਰ
ਮਾਨਕੋ ਪਿੰਡ ਦੇ ਵਿੱਚ ਰਿਟਾਇਰਡ ਇੰਸਪੈਕਟਰ ਸਾਹਿਬ ਨੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਬੇਟੇ ਨੇ ਇਹ ਖੋਲਿਆ ਇੱਥੇ ਆਪਦੇ ਬੇਟੇ ਨੂੰ ਉਹਨਾਂ ਨੇ ਕੰਮ ਕਰਾਇਆ। ਅੱਛਾ ਮੇਰਾ ਸਵਾਲ ਹੈ ਕਿ ਤੁਸੀਂ ਬਲੰਦ ਦਰਸ਼ਕਾਂ ਦਿਖਾ ਦੇਵਾਂ ਅੰਦਰ ਜਿਸ ਤਰੀਕੇ ਨਾਲ ਪਿੰਡ ਵਿੱਚ ਖੋਲਿਆ ਗਿਆ ਕਿਸਾਨੀ ਹੱਟ, ਭਾਜੀ ਹੋਰ ਕਿੰਨੇ ਕਿੰਨੇ ਪਿੰਡਾਂ ਵਿੱਚ, ਸ਼ਹਿਰਾਂ ਦੀ ਗੱਲ ਕਰੀਏ, ਸ਼ਹਿਰਾਂ ਵਿੱਚ ਤੁਹਾਨੂੰ ਅਸੀਂ ਕਵਰ ਕੀਤਾ ਸੀ, ਨਕੋਦੇ ਦੀ ਗੱਲ ਹੋ ਜਾਵੇ ਜਾਂ ਲੁਧਿਆਣੇ ਦੀ ਗੱਲ ਹੋ ਜਾਵੇ, ਸ਼ਹਿਰਾਂ ਵਿੱਚ ਕਿੰਨੇ ਹੁਣ ਖੋਲੇ ਗਏ ਨੇ? ਵੀਰ ਜੀ ਦੇਖੋ, ਇਹ ਸ਼ਹਿਰਾਂ ਦੇ ਵਿੱਚ ਹੀ 295 ਆ ਜਿਹੜੀ ਲੜੀ ਹੈ, ਜਿਵੇਂ ਮੰਨ ਲਓ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ ਅਤੇ ਆਪਣਾ ਹਰਿਆਣਾ, ਰਾਜਸਥਾਨ ਔਰ ਪੰਜਾਬ, ਪੰਜ ਸਟੇਟਾਂ ਚੱਲ ਰਹੀਆਂ, ਵਿੱਚ ਸ਼ਹਿਰ ਵੀ ਚੱਲੀ ਜਾਂਦੇ, ਵਿੱਚ ਪਿੰਡ ਵੀ ਚੱਲੀ ਜਾਂਦੇ ਆ। ਵੀ ਜਦੋਂ ਮੰਨ ਲਓ ਜਿਵੇਂ ਹੁਣ ਤੁਸੀਂ ਦੇਖੋ ਇੱਕ ਸ਼ਹਿਰ ਦੀ ਤਰਜ਼ ਦੇ ਉੱਤੇ ਇੱਕ ਐਸ ਪੈਟਰਨ ਦਾ ਸਟੋਰ ਵੀ ਪਿੰਡਾਂ ਵਿੱਚ ਪਹਿਲਾਂ ਨਹੀਂ ਹੁੰਦੇ ਸੀ, ਅੱਜ ਕਿਸਾਨ ਹੱਟ 13-13 ਦੀ ਇੱਕ ਮੇਮ ਨੇ ਅੱਜ ਪਿੰਡਾਂ ਵਿੱਚ ਇਹ ਸਟੋਰ ਖੜ੍ਹੇ ਕਰ ਦਿੱਤੇ ਆ। ਹੁਣ ਮੇਰਾ ਸਵਾਲ ਹੈ ਕਿ ਤੁਸੀਂ ਦੱਸਦੇ ਸੀ, ਸਮਝਾ ਰਹੇ ਸੀ ਲੋਕਾਂ ਨੂੰ ਵੀ ਕਿਸ ਤਰੀਕੇ ਨਾਲ ਜੋ ਕਾਰਪੋਰੇਟ ਘਰਾਣੇ ਨੇ ਜਾਂ ਜੋ ਪ੍ਰਾਈਵੇਟ ਚੀਜ਼ਾਂ ਵਿਕਦੀਆਂ ਨੇ, ਠੀਕ ਹੈ, ਵੇਚ ਸਕਦੇ ਨੇ, ਉਹ ਲੋਕਾਂ ਦੇ ਨਾਲ ਨਹੀਂ ਖੜ੍ਹੇ। ਵੀਰ ਜੀ ਕਾਰਪੋਰੇਟ ਜਿਹੜਾ ਉਹਦਾ ਆਪਦਾ ਕੰਮ ਹੈ, ਠੀਕ ਹੈ। ਕਾਰਪੋਰੇਟ ਘਰਾਣੇ ਦੇਖੋ ਜਦੋਂ ਅਗਲਾ ਬਿਜ਼ਨਸ ਕਰਦਾ ਤਾਂ ਉਹ ਬਿਜ਼ਨਸ ਲਈ ਖੜ੍ਹਦਾ, ਅਤੇ ਲੋਕਾਂ ਲਈ ਤਾਂ ਮਤਲਬ ਜੇ ਹੁਣ ਅਸੀਂ ਕਿਸਾਨੀ ਹੱਟ ਦੇ ਵਿੱਚੋਂ, ਕਿਸਾਨ ਹੱਟ ਦੇ ਅੰਦੋਲਨ ਦੇ ਵਿੱਚੋਂ ਕਿਸਾਨ ਹੱਟ ਨੇ ਇੰਨੇ ਸਟੋਰ ਖੋਲ੍ਹੇ, ਸਾਨੂੰ ਮੀਡੀਆ ਨੇ ਕਵਰ ਕੀਤਾ, ਸਾਡੀ ਹਰ ਬੰਦੇ ਨੇ ਸਾਥ ਦਿੱਤਾ, ਅਤੇ ਖੜ੍ਹਾ ਕਦਰ ਅਸੀਂ ਨਾ ਜਦੋਂ, ਕਿਉਂਕਿ ਅਸੀਂ ਕਿਸਾਨ ਹੱਟ 13-13 ਇਸ ਨਾਮ ਨੂੰ ਲੈ ਕੇ ਜਾ ਰਹੇ ਹਾਂ, ਅਤੇ ਲੋਕ ਸ਼ਰਧਾ ਨਾਲ ਇਹਨਾਂ ਸਟੋਰਾਂ 'ਤੇ ਆਉਂਦੇ ਨੇ ਅਤੇ ਸਮਾਨ ਮੰਗਦੇ ਨੇ ਵੀ ਸਾਨੂੰ ਕਿਸਾਨੀ। ਜਿਹੜਾ ਹੁਣ ਸਿਸਟਮ ਇਹ ਬਣ ਗਿਆ, ਲੋਕ ਜਾ ਕੇ ਕਹਿੰਦੇ ਬਾਈ ਕਿਸਾਨ 13-13 ਦਾ ਸਮਾਨ ਚਾਹੀਦਾ, ਮਤਲਬ ਅਤੇ ਅਸੀਂ ਖੜਾ ਗਏ ਆਪਣੇ ਨਾਲ, ਆਪਣਿਆਂ ਨਾਲ। ਅੱਛਾ ਹੁਣ ਇੱਕ ਹੋਰ ਅਹਿਮ ਸਵਾਲ ਹੋ ਜਾਂਦਾ, ਤੁਸੀਂ ਸਪੀਚ ਵਿੱਚ ਜ਼ਿਕਰ ਕਰਦੇ ਸੀ ਕਿ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਸਵਾਲ ਕੀਤਾ ਸੀ ਸਬਜ਼ੀਆਂ ਲੈ ਕੇ, ਤੁਸੀਂ ਕਹਿੰਦੇ ਸੀ ਪਿੰਡਾਂ ਲਈ ਸਬਜ਼ੀਆਂ ਫਲਾਂ ਨੂੰ ਲਿਜਾ ਕੇ ਸ਼ੋਰੂਮ 'ਤੇ ਵੇਚ ਸਕਦੇ ਨੇ, ਇਹ ਪਿੰਡ ਵਿੱਚ ਤੁਸੀਂ ਖੋਲਿਆ, ਕਿੰਨੇ ਇਹ ਪਿੰਡ ਨੂੰ ਕਵਰ ਕਰੂਗਾ? ਇੱਕ ਕਿਸਾਨੀ ਹੱਟ ਜੇ ਖੋਲੋਗੇ ਪਲੱਸ ਪਿੰਡ ਨੇ ਪੰਜਾਬ ਦੇ ਵਿੱਚ, ਉਹ ਕਿਵੇਂ ਕਿਵੇਂ ਖੋਲੋਗੇ ਇਹਨਾਂ ਨੂੰ? ਦੇਖੋ ਵਿਜੇ ਜੀ, 13,228 ਪੰਜਾਬ ਦੇ ਪਿੰਡ ਨੇ, ਅਤੇ ਇਹਦੇ ਵਿੱਚ ਮੰਨ ਲਓ ਇੱਕ ਪਿੰਡ ਆ ਜਿਵੇਂ ਮਾਨਕੋ ਪਿੰਡ ਆ, ਇਹ ਮਾਨਕੋ ਪਿੰਡ ਦੇ ਨਾਲ ਕੋਈ ਤਕਰੀਬਨ 4-5 ਕਿਲੋਮੀਟਰ ਦੇ ਵਿੱਚ, ਜਿੱਥੇ ਮੰਨ ਲਓ 4-5 ਹਜ਼ਾਰ ਲੋਕਾਂ ਦੀ ਆਬਾਦੀ ਆ, ਉੱਥੇ ਇੱਕ ਸਟੋਰ ਬਣ ਗਿਆ। ਉਹ ਸਟੋਰ ਜਦੋਂ ਬਣੂਗਾ ਉਹਦੇ ਵਿੱਚ ਅਸੀਂ ਹੁਣ ਇੱਕ ਨਾ ਦਿੱਤਾ ਪ੍ਰੋਗਰਾਮ, ਕਿਉਂਕਿ ਸਮੇਂ-ਸਮੇਂ ਦੇ ਉੱਤੇ ਨਵੀਆਂ-ਨਵੀਆਂ ਔਫਰਜ਼ ਆਉਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਇੱਕ ਕਾਰਡ ਬਣਾ ਰਹੇ ਹਾਂ, ਹੁਣ ਐਡ ਚੱਲੂਗੀ, ਹਰੇਕ ਗੱਡੀ ਜਾਊਗੀ ਪਿੰਡਾਂ ਵਿੱਚ, ਠੀਕ ਹੈ ਜੀ, ਖੁਸ਼ਖਬਰੀ ਕਿਸਾਨ ਹੱਟ 'ਤੇ ਆਓ, ਸਮਾਰਟ ਕਾਰਡ ਬਣਵਾਓ, ਸਭ ਤੋਂ ਸਸਤਾ ਰਾਸ਼ਨ ਲੈ ਜਾਓ, ਇੱਕ ਕਾਰਡ ਇੱਕ ਘਰ ਦਾ ਬਣ ਜੂਗਾ। ਜਿਹੜੀ ਉਹਦਾ ਖਰਚ ਤਕਰੀਬਨ 1500 ਰੁਪਏ ਦਾ ਹੁੰਦਾ, ਮੰਨ ਲਓ ਬਾਜ਼ਾਰ ਦੇ ਵਿੱਚ ਉਹਨੂੰ 1000 ਦੇ ਵਿੱਚ ਉਹਨੂੰ ਸਮਾਨ ਉਹ ਮਿਲ ਜੂਗਾ। ਇਹ ਪਿੰਡਾਂ ਸ਼ਹਿਰਾਂ ਦੋਨੋਂ ਦੇ ਲਾਗੂ, ਹਰ ਜਗ੍ਹਾ ਦੇ ਉੱਤੇ ਲਾਗੂ ਹੋਊਗਾ। ਪਲੱਸ ਨਾਲ ਉਸ ਨੂੰ ਗਿਫਟ ਦੇ ਤੌਰ 'ਤੇ 2 ਕਿਲੋ ਵਾਸ਼ਿੰਗ ਪਾਊਡਰ ਜਿਹੜਾ ਫੁੱਲ ਲੋਡਡ ਮਸ਼ੀਨ ਦੇ ਵਿੱਚ ਚੱਲਦਾ, ਬਾਜ਼ਾਰ 'ਚ 200 ਰੁਪਏ ਕਿਲੋ ਦਾ ਮਿਲਦਾ, 400 ਗਿਆ, ਉਹ ਮੁਫਤ ਦੇਵਾਂਗੇ ਕਾਰਡ ਵਾਲੇ ਨੂੰ। ਉਹ ਪਲਾਨ ਅਸੀਂ ਤਿਆਰ ਕਰ ਦਿੱਤਾ, ਅੱਜ ਵੀ ਇੱਥੇ ਉਹਦੇ ਔਫਰ ਦੇ ਤਹਿਤ ਇਹਨਾਂ ਸਾਰਿਆਂ ਨੂੰ ਇਹੀ ਗੱਲ ਕਹੀ ਆ ਕਿ ਭਾਈ ਤੁਹਾਡੇ ਕਾਰਡ ਦੇ ਉੱਤੇ ਤੁਸੀਂ ਕਾਰਡ ਬਣਵਾ ਲਓ ਅਤੇ ਤੁਹਾਨੂੰ ਉਸ ਕਾਰਡ ਦੇ ਵਿੱਚ ਔਫਰ ਆ ਜਾ ਕਰੂਗੀ। ਅੱਜ ਤੋਂ ਪਹਿਲਾਂ ਲੋਕਾਂ ਨੇ ਦੇਖੋ ਸਮਾਂ ਸਾਨੂੰ ਕਿੰਨਾ ਹੋਇਆ ਜੀ, ਸਮਾਂ ਸਾਨੂੰ ਹੋਇਆ ਸਿਰਫ ਅਜੇ 6 ਜੂਨ ਨੂੰ ਪਹਿਲਾਂ ਸਟੋਰ ਸੀ, ਸਮਾਂ ਹੋਇਆ ਸਾਨੂੰ ਅਜੇ 7-8 ਮਹੀਨੇ, 7-8 ਮਹੀਨੇ ਅਜੇ 400 ਤੋਂ ਵੱਧ ਪ੍ਰੋਡਕਟ ਹੋ ਗਏ। ਵੈਸੇ ਸਾਡੇ ਕੋਲ 500 ਪ੍ਰੋਡਕਟ ਆ, 400 ਜਿਹੜੇ ਰੈਗੂਲਰ ਵਾਲੇ ਆ, 100 ਪ੍ਰੋਡਕਟ ਇੱਦਾਂ ਪਲਾਸਟਿਕ ਵਗੈਰਾ, 500 ਤੋਂ ਉੱਪਰ ਪ੍ਰੋਡਕਟ ਹੋ ਗਏ, ਅਤੇ ਪਲੱਸ ਔਫਰਾਂ ਹੁਣ ਇੱਦਾਂ ਦੀਆਂ ਦੇਤੀਆਂ ਕਿ ਜਿਹਦੇ ਵਿੱਚ ਅਸੀਂ ਹਰ ਇੱਕ ਸ਼ਹਿਰ ਵਿੱਚ MLA ਬਲੋਕ 'ਤੇ ਇੱਕ ਸੇਵਾ ਕੇਂਦਰ ਬਣਾ ਰਹੇ ਹਾਂ। ਸੇਵਾ ਕੇਂਦਰ ਸਮਝਦੇ ਹੋ? ਹਾਂਜੀ ਹਾਂਜੀ, ਕਿਸਾਨ ਹੱਟ 13-13 ਸੇਵਾ ਕੇਂਦਰ, ਉਹਦੇ ਜ਼ਰੀਏ ਕਿਸਾਨ ਉੱਥੇ ਜਾ ਕੇ ਜੇ ਉਹਨੇ ਸਬਜ਼ੀ ਵੇਚਣੀ ਆ ਤਾਂ ਉੱਥੇ ਜਾ ਕੇ ਲਿਖਾ ਸਕਦਾ ਵੀ ਮੈਂ ਸਬਜ਼ੀ ਬੀਜੀ ਆ, ਮੈਨੂੰ ਕਿਸਾਨ ਹੱਟ ਦੇ ਉੱਤੇ ਪ੍ਰੋਵਾਈਡ ਕਰਾਓ ਜਗ੍ਹਾ, ਤਾਂ ਅਸੀਂ ਉਹਨੂੰ ਜਗ੍ਹਾ ਪ੍ਰੋਵਾਈਡ ਕਰਾ ਕੇ ਨਾਲ ਜੋੜ ਕੇ ਉਹਨੂੰ, ਅਸੀਂ ਕਿਸਾਨਾਂ ਤੋਂ ਕੋਈ ਪ੍ਰੋਫਿਟ ਨਹੀਂ ਲੈਣਾ, ਅਸੀਂ ਉੱਥੇ ਉਹਨਾਂ ਨੂੰ ਕਹਿਣਾ ਵੀ ਆਪਣੀ ਸਬਜ਼ੀ ਲਿਆ ਕੇ ਜੇ ਤੁਹਾਡੀ ਮੰਡੀ ਦੇ ਵਿੱਚ ਸਬਜ਼ੀ ਰੁਲਦੀ ਆ ਤੁਸੀਂ ਕਿਸਾਨ ਹੱਟ ਨਾਲ ਟਾਈਜਅਪ ਕਰੋ, ਤਾਜ਼ੀ ਸਬਜ਼ੀ ਉੱਥੇ ਲੈ ਕੇ ਆਓ ਅਤੇ ਉੱਥੇ ਵੇਚੋ। ਅੱਛਾ, ਨੌਕਰੀਆਂ ਦਾ ਤੁਸੀਂ ਦੱਸਦੇ ਸੀ ਕਿਉਂਕਿ ਸਭ ਤੋਂ ਅਹਿਮ ਹੁੰਦਾ ਪੰਜਾਬ 'ਚ ਨੌਕਰੀਆਂ ਦਾ, ਜੇ ਨੌਕਰੀਆਂ ਹੁੰਦੀਆਂ ਨੌਜਵਾਨਾਂ ਕੋਲ ਪੰਜਾਬ ਖਾਲੀ ਨਾ ਹੁੰਦਾ, ਆਈਲੈਟਸ ਕਰਕੇ ਬਾਹਰ ਨਾ ਜਾਂਦੇ, ਤੁਸੀਂ ਨੌਕਰੀਆਂ ਵਾਸਤੇ ਵੀ ਦੱਸਦੇ ਸੀ ਕਿਵੇਂ ਨੌਕਰੀਆਂ ਦਿਓਗੇ ਕਿਸਾਨੀ ਹੱਟ 'ਤੇ? ਦੇਖੋ ਜੀ, ਕਿਸਾਨ ਹੱਟ ਦੇ ਉੱਤੇ ਨੌਕਰੀਆਂ ਦਾ 3 ਸਿਸਟਮ ਨੇ। ਪਹਿਲਾਂ ਜਿਹੜਾ ਸਟੋਰ ਚੱਲਦੇ ਆ ਉੱਥੇ ਨੌਕਰੀ ਦਿੱਤੀ ਜਾਂਦੀ ਆ, ਵੀ ਮੰਨ ਲਓ ਜੋ ਇੱਕ ਦੁਕਾਨ ਦੇ ਉੱਤੇ 3-4 ਲੜਕਿਆਂ ਦੀ ਜ਼ਰੂਰਤ ਪੈਂਦੀ ਹੈ ਜਾਂ ਲੜਕਿਆਂ ਦੀ ਲੋੜ ਪੈਂਦੀ ਆ, ਦੂਜੇ ਨੰਬਰ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹਨਾਂ 'ਚ ਲੋਕਾਂ ਦੀ ਲੋੜ ਪੈਂਦੀ ਆ, ਫਿਰ ਸਾਡਾ ਮਾਲ ਸਪਲਾਈ ਕਰਨ ਵਾਸਤੇ ਲੋੜ ਪੈਂਦੀ ਆ। ਹੁਣ ਅਸੀਂ ਜਿਹੜਾ ਇੱਕ MLA ਹਲਕੇ ਦੇ ਉੱਤੇ ਇੱਕ ਏਰੀਏ ਵਿੱਚ ਬਣਾ ਰਹੇ ਹਾਂ, ਮਤਲਬ ਸੇਵਾ ਕੇਂਦਰ ਜਿਹਦੇ ਵਿੱਚੋਂ ਸਿਰਫ ਸਰਵਿਸ ਦਿੱਤੀ ਜਾਊਗੀ, ਉਹ ਬਹੁਤ ਸਰਵਿਸਾਂ ਨੇ, ਉਹ ਮੈਂ ਅਗਲੀ ਇੰਟਰਵਿਊ 'ਚ ਤੁਹਾਡੇ ਨਾਲ ਕਲੀਅਰ ਕਰੂੰਗਾ, ਉਹ ਸਰਵਿਸ ਦੇ ਵਿੱਚ ਜਾ ਕੇ ਵੀ ਜੋਬ ਮਿਲੂਗੀ, ਅਤੇ ਪਲੱਸ ਜਿਵੇਂ ਜਿਵੇਂ ਸਾਡੀ ਇੰਡਸਟਰੀ ਵੱਧਦੀ ਜਾਊਗੀ ਜੋਬ ਉਵੇਂ ਵੱਧਦੀ ਜਾਊਗੀ।
ਅੱਛਾ ਨੌਕਰੀ ਬੰਦੇ ਜਾਣਗੇ ਹੁਣ ਤੁਸੀਂ ਕਹਿ ਵੀ ਦੇ ਸੀ ਕਿ 750 ਕਿਸਾਨ ਜੋ ਸ਼ਹੀਦ ਹੋਇਆ ਸੀ ਉਹਨਾਂ ਦੇ ਪਰਿਵਾਰ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਮਿਲੂਗੀ ਪਰ ਜਿਨ੍ਹਾਂ ਦਾ ਪਰਿਵਾਰ ਪੰਜਾਬ 'ਚ ਜਿੱਥੇ ਤੁਹਾਡਾ ਕਿਸਾਨੀ ਹੱਟ ਨਹੀਂ ਖੁੱਲਿਆ ਫਿਰ ਨੌਕਰੀ ਕਿਵੇਂ ਦੇਵੋਗੇ ਉਹਨਾਂ ਨੂੰ ਵੀਰ ਜੀ ਸਾਡਾ ਪੰਜਾਬ ਦੇ 'ਚ ਕੋਈ ਏਰੀਆ ਨਹੀਂ ਜਿੱਥੇ ਸਾਡਾ ਕਿਸਾਨ ਹੱਟ ਨਾ ਖੁੱਲਿਆ ਹੋਵੇ ਕੋਈ ਪੰਜਾਬ 'ਚ ਤੁਹਾਨੂੰ ਪੂਰੇ ਪੰਜਾਬ 'ਚ ਹਰ ਇਲਾਕੇ 'ਚ ਤੁਹਾਨੂੰ ਕਿਸਾਨ ਹੱਟ ਮਿਲ ਜਾਏਗਾ ਪਹਿਲੀ ਗੱਲ ਅਸੀਂ ਉਹਦੇ ਵਿੱਚ ਜਿਹੜੇ ਉਹ ਕਿਸਾਨ ਨੇ ਸਾਡੇ ਕਿਸਾਨ ਭਰਾ ਨੇ ਪਹਿਲੀ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਕਿਸਾਨ ਹੱਟ ਨੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜਾ ਇਹ ਮਾਨਕੋ ਪਿੰਡ ਆ ਇਹਦੇ ਨੇੜੇ ਜੋ ਵੀ ਕੋਈ ਕਿਸਾਨ ਜਿਹੜਾ ਉੱਥੇ ਸ਼ਹੀਦ ਹੋਇਆ ਜੇਕਰ ਅਸੀਂ ਅੱਜ ਗੱਡੀਆਂ 'ਚ ਘੁੰਮਦੇ ਹਾਂ ਇੱਥੇ ਅਸੀਂ ਖੜ੍ਹੇ ਹਾਂ ਨਾ ਤਾਂ ਉਹਨਾਂ ਦੀ ਬਦੌਲਤ ਜਿਹੜੀ ਅਸੀਂ ਕਿਸਾਨ ਹੱਟ ਮੈਂ ਕਹਿ ਸਕਦਾ ਵੀ ਸਾਡੇ ਅੰਦੋਲਨ ਦੀ ਬਦੌਲਤ ਕਿਸਾਨ ਹੱਟ ਹੈ ਤਾਂ ਅਸੀਂ ਇੱਕ ਪਰਿਵਾਰ ਨੂੰ 1000 ਰੁਪਏ ਦਾ ਰਾਸ਼ਨ ਪੈਕ ਦਾ 1 ਸਾਲ ਲਈ ਫ੍ਰੀ ਦੇਵਾਂਗੇ ਅੱਜ ਤੋਂ ਵੀ ਇੱਕ ਪਰਿਵਾਰ ਜਿਹੜਾ ਉੱਥੇ ਜਾ ਕੇ ਮੰਨ ਲਓ ਅੰਦੋਲਨ 'ਚ ਬੰਦਾ ਸ਼ਹੀਦ ਹੋ ਗਿਆ ਅਸੀਂ ਉਹਨੂੰ ਸ਼ਹੀਦ ਮੰਨਦੇ ਨਾ ਵੀ ਲੜਾਈ ਲੜੀ ਉਹਨਾਂ ਨੇ ਆਪਣੇ ਹੱਕਾਂ ਦੀ ਤਾਂ ਉੱਥੇ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਨੂੰ ਇੱਕ ਹਰ ਮਹੀਨੇ ਦੀ 1 ਤਰੀਕ ਨੂੰ ਯਾਨੀ 1 ਸਾਲ ਵਾਸਤੇ ਸਾਡਾ ਪਹਿਲਾਂ ਹੈ ਪਰ ਉਦੋਂ ਬਾਅਦ ਅੱਗੇ ਵੇਖਾਂਗੇ 1 ਸਾਲ ਦੇ ਲਈ ਉਹ 1000 ਰੁਪਏ ਦਾ ਰਾਸ਼ਨ ਇੱਥੋਂ ਲਿਜਾ ਸਕਦਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਜਿਹੜੇ ਉਹਨਾਂ ਪਰਿਵਾਰਾਂ ਨੂੰ ਇੱਕ ਪਰਿਵਾਰ ਨੂੰ ਇਸ ਸਟੋਰ 'ਤੇ ਇੱਕ ਪਰਿਵਾਰ ਦੂਜੇ ਸਟੋਰ 'ਤੇ ਦੂਜਾ ਜਦੋਂ ਆਪਾਂ ਕਰਦੇ ਕਰਦੇ 700 ਆ ਆਪਾਂ 700 ਇੱਕ ਸਟੋਰ 'ਤੇ ਇੱਕ ਪਰਿਵਾਰ ਜੋੜ ਦਾਂਗੇ ਸਾਰਿਆਂ ਨੂੰ ਕਰ ਦਾਂਗੇ ਵੀ 750 ਸਟੋਰ ਹੋ ਗਿਆ 750 ਸਟੋਰ 'ਤੇ ਹਰ ਇੱਕ ਪਰਿਵਾਰ ਨੂੰ ਫ੍ਰੀ ਦਾ ਰਾਸ਼ਨ ਮਹੀਨੇ 'ਚ ਜਾਂ 1000 ਦਾ ਮਹੀਨੇ ਵਿੱਚ 1 ਤਰੀਕ ਨੂੰ ਅਗਲਾ ਜਨ 2 ਨੂੰ ਲੈ ਜਨ ਉਹਨਾਂ ਨੂੰ ਬਸ ਉੱਥੇ ਸਮਾਨ ਕਿ ਸਾਲ ਦਾ 12000 ਰੁਪਏ ਹੋ ਗਿਆ ਸਾਲ ਦਾ 12000 ਰੁਪਏ ਉਹਨਾਂ ਨੂੰ ਤੁਸੀਂ ਰਾਸ਼ਨ ਦਿਓ ਬਿਲਕੁਲ ਜੀ ਬਿਲਕੁਲ ਇਹ ਹੋ ਗਿਆ ਦੂਜੇ ਨੰਬਰ ਦੇ ਵਿੱਚ ਉਹਨਾਂ ਦਾ ਕੋਈ ਬੱਚਾ ਜੇ ਕੋਈ ਮਤਲਬ ਬੱਚਾ ਹੈਗਾ ਪੜ੍ਹਿਆ ਜੋਬ ਕਰਨੀ ਚਾਹੁੰਦਾ ਜਾਂ ਕੁਛ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਹੋਰ ਵੀ ਆ ਜੋਬ ਨੇ ਕਰਨੀ ਆ ਵੀ ਮੰਨ ਲਓ ਕੋਈ ਲੇਡੀਜ਼ ਹੁੰਦੀ ਆ ਉਹ ਕਹਿੰਦੀ ਜੀ ਮੈਂ ਉੱਥੇ ਜੋਬ ਕਰ ਸਕਦੀ ਹਾਂ ਹੁਣ ਕੋਈ ਅਨਪੜ੍ਹ ਬੰਦਾ ਅਨਪੜ੍ਹਾਂ ਨੂੰ ਕੰਪਿਊਟਰ ਤਾਂ ਦੇ ਨਹੀਂ ਸਕਦੇ ਹੁਣ ਉਹ ਕੋਈ ਫੈਕਟਰੀ 'ਚ ਕੰਮ ਕਰ ਸਕਦਾ ਜਾਂ ਜਿੱਦਾਂ ਦਾ ਵੀ ਕੰਮ ਹੋਊਗਾ ਦੇਖੋ ਜਿੰਨੇ ਅਸੀਂ ਜੋਗੇ ਹੈਗੇ ਹਾਂ ਅਸੀਂ ਕੋਈ ਸਰਕਾਰ ਨਹੀਂ ਹੈਗੇ ਅਸੀਂ ਜਿੰਨੇ ਜੋਗੇ ਹੈਗੇ ਹਾਂ ਅਸੀਂ ਹਰ ਜਗ੍ਹਾ ਦੇ ਉੱਤੇ ਅਸੀਂ ਆਪਣੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪੰਜਾਬੀ ਲੋਕਾਂ ਨਾਲ ਖੜਾਂਗੇ ਅੱਛਾ ਤੁਸੀਂ ਉਹ ਨੌਕਰੀਆਂ ਦੀ ਗੱਲ ਕਰਦੇ ਹੋ ਵੀ ਜਿਵੇਂ ਫਿਰ ਪੰਜਾਬ 'ਚ ਬਾਕੀ ਜਗ੍ਹਾ 'ਤੇ ਗੱਲ ਕਰਦੀ ਹੈ ਚਲੋ 750 ਪਰਿਵਾਰ ਨੂੰ ਨੌਕਰੀ ਮਿਲ ਜਾਂਦੀ ਹੈ ਉਸੇ ਬਾਵਜੂਦ ਹੋਰ ਵੀ ਬੜੇ ਬੇਰੁਜ਼ਗਾਰ ਨੌਜਵਾਨ ਨੇ ਫਿਰ ਉਹਨਾਂ ਵਾਸਤੇ ਕੋਈ ਆਫਰ ਹੈਗੀ ਹੈ ਸਾਡੀ ਫੈਕਟਰੀ ਵੀ 100 ਲੇਡੀਜ਼ ਕੰਮ ਕਰਦੀ ਆ ਇਸ ਵੇਲੇ ਇੱਕੋ ਏਰੀਏ ਦੀ ਆ ਠੀਕ ਆ ਜੀ ਅਤੇ ਉਹ ਵਿਚਾਰੇ ਉਹ ਕਿਹੜਾ ਸ਼ਹੀਦ ਹੋਇਆ ਵਿਚਾਰੇ ਉਹ ਤਾਂ ਪਿੰਡ ਦੇ ਮਜ਼ਦੂਰਾਂ ਦੀਆਂ ਲੇਡੀਜ਼ ਨੇ 70 ਸਾਲ ਦੀ ਔਰਤ ਵੀ ਉੱਥੇ ਕੰਮ ਕਰਦੀ ਹੈ ਮੈਂ ਕਹਿੰਦਾ ਮਾਤਾ ਤੈਨੂੰ ਕੰਮ ਕਰਨ ਦੀ ਕੀ ਲੋੜ ਆ ਵੀ ਤੇਰੀ ਉਮਰ ਹੈ ਕਹਿੰਦੀ ਪੁੱਤ ਘਰ ਵਾਲਾ ਹੈ ਨਹੀਂ ਮੁੰਡਾ ਨਸ਼ਈ ਆ ਕੰਮ ਕੋਈ ਕਰਦਾ ਨਹੀਂ ਢਿੱਡ ਦਾ ਪਾਲਣਾ ਫਿਰ ਮੈਂ ਉਹਨਾਂ ਨੂੰ ਕਹਿੰਦਾ ਮਾਤਾ ਤੁਹਾਡੇ ਕਰਮਾਂ ਕਰਕੇ ਕਿਸਾਨ ਹੱਟ ਚੱਲਦੀ ਪਈ ਆ ਚਲੋ ਤੁਸੀਂ ਜਿੰਨਾ ਕੰਮ ਹੁੰਦਾ ਉਹਨਾਂ ਕਰੀ ਜਾਓ ਅਤੇ ਉਹਨਾਂ ਨੂੰ ਵੀ ਤਾਂ ਦਿੱਤੀ ਉਹਨੇ ਉਹ ਕਿਹੜਾ ਸ਼ਹੀਦ ਹੋਇਆ ਮਤਲਬ ਜਿਹੜੇ ਲੋਕਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਤੁਹਾਨੂੰ ਮੈਂ ਦੱਸਾਂ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਇਹ ਸੋਚਦੇ ਹਾਂ ਵੀ ਕਿਸਾਨ ਹੱਟ ਦੇ ਵਿੱਚ ਮੈਂ ਖੁਦ ਇਕੱਲਾ ਪਹਿਲਾਂ ਕਾਰੋਬਾਰ ਕਰਦਾ ਸੀ ਅੰਦੋਲਨ ਦੇ ਵਿੱਚ ਜਾ ਕੇ ਅੱਜ ਇੰਨੇ ਸਟੋਰ ਖੋਲ੍ਹਤੇ ਇੰਨੇ ਲੋਕ ਜੋੜਤੇ ਸਭ ਕੁਛ ਹੋ ਗਿਆ ਲੇਕਿਨ ਮੈਂ ਕਹਿੰਦਾ ਜੇਕਰ ਸਾਡੇ ਨਾਲ ਜੁੜ ਕੇ ਕੋਈ 500-700 ਘਰ ਮਤਲਬ ਆਪਦੀ ਚੰਗੀ ਰੋਟੀ ਖਾਣ ਲੱਗ ਪਵੇ ਤਾਂ ਸਾਡਾ ਇਹ ਬਹੁਤ ਗੁੱਡ ਲੱਕ ਹੋਏਗਾ ਅੱਛਾ ਹੁਣ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਜੇ ਕਿਸੇ ਨੇ ਹੁਣ ਸਵਾਲ ਹੋ ਵੀ ਰਿਹਾ ਸੀ ਕਿ ਕਿਸੇ ਨੇ ਸਮਾਨ ਘਰੇ ਪਹੁੰਚਾਉਣ ਲਈ ਫੋਨ ਕਰਨਾ ਪੈ ਜਾਵੇ ਤਾਂ ਪਹੁੰਚਾ ਸਕਦੇ ਹੋ ਘਰੇ ਸਮਾਨ ਪਿੰਡਾਂ ਵਿੱਚ ਅਸੀਂ ਨਾ ਇੱਕ ਆਫਰ ਜਿਹੜੀ ਦਿੱਤੀ ਆ ਨਾ ਮੰਨ ਲਓ ਆਫਰ ਹੈ 1 ਤਰੀਕ ਨੂੰ ਸਾਡੀ ਗੱਡੀ ਚੱਲਿਆ ਕਰੇਗੀ ਸਟੋਰ ਤੋਂ ਤੇ ਜੋ ਬੰਦੇ ਨੇ WhatsApp ਤੇ ਆਰਡਰ ਪਾਤਾ ਉਹਦੇ ਘਰ ਹੀ ਹੋਮ ਡਿਲੀਵਰੀ ਕਰ ਦਿਆ ਕਰਾਂਗੇ ਚਾਹੇ ਪਿੰਡ 'ਚ ਸ਼ਹਿਰ ਹੈ ਬਾ ਹਰ ਜਗ੍ਹਾ ਦੇ ਉੱਤੇ ਪ੍ਰੋਫਿਟ ਦੀ ਗੱਲ ਕਰੀਏ ਜੇ ਪ੍ਰੋਫਿਟ ਹੋ ਰਿਹਾ ਤਾਂ ਤੁਹਾਡੇ ਕਿਸਾਨੀ ਹੱਟ ਲਗਾਤਾਰ ਖੁੱਲਦੇ ਜਾ ਰਹੇ ਨੇ ਅੱਗੇ ਪ੍ਰੋਫਿਟ ਦੇ ਵਿੱਚ ਤੁਸੀਂ ਪ੍ਰੋਫਿਟ ਕਮਾ ਰਹੇ ਹੋ ਕਿੰਨੇ ਕੁ ਲੋਕਾਂ ਨਾਲ ਜੋੜਿਆ ਕਿੰਨੇ ਕੁ ਲੋਕਾਂ ਨੂੰ ਨੌਕਰੀ ਦੇ ਚੁੱਕੇ ਹੋ ਵੀਰ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਸਾਡੇ ਕੋਲੇ ਦੇਖੋ ਸਾਡੇ ਦਫ਼ਤਰ ਦੇ ਵਿੱਚ ਸਾਡੀਆਂ ਫੈਕਟਰੀਆਂ ਦੇ ਵਿੱਚ ਸਾਡੇ ਟਰਾਂਸਪੋਰਟ ਦੇ ਉੱਤੇ ਸਾਡੇ ਸਟੋਰਾਂ ਦੇ ਉੱਤੇ ਤੁਸੀਂ ਇਹ ਮੰਨ ਕੇ ਚੱਲੋ ਵੀ ਸੈਂਕੜੇ ਲੋਕਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਨੌਕਰੀਆਂ ਦੇ ਚੁੱਕੇ ਹਾਂ ਪਹਿਲਾ ਸਵਾਲ ਕਿੰਨੇ ਕਿੰਨੇ ਫੈਕਟਰੀ 'ਚ ਤੁਹਾਡੇ ਵਰਕਰ ਕੰਮ ਕਰਦੇ ਸਾਡੇ ਤਕਰੀਬਨ 100 ਲੇਡੀਜ਼ 100 ਤਾਂ ਲੇਡੀਜ਼ ਆ ਘੱਟ ਤੋਂ ਘੱਟ ਸਾਡੀ ਫੈਕਟਰੀ ਵਿੱਚ 15 ਮੁੰਡੇ ਆ ਜਿਹੜੇ ਉੱਤੇ ਮਤਲਬ ਗੱਡੀਆਂ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੇ ਆ ਸਾਰਾ ਦੇਖਦੇ ਆ ਫਿਰ ਸਾਡੇ ਸਟੋਰਾਂ ਦੇ ਉੱਤੇ ਠੀਕ ਆ ਸਾਡੇ ਜਿਹੜੇ ਗਾਂ ਟਰਾਂਸਪੋਰਟ ਦੇ ਉੱਤੇ ਬੰਦੇ ਨੇ ਜਿਹੜੇ ਉਹ ਸਾਰੇ ਅਸੀਂ ਉੱਦਾਂ ਜੁੜੇ ਹੋਏ ਆ ਅਤੇ ਹੁਣ ਅਸੀਂ ਅੱਗੇ ਜਾ ਕੇ ਜਿਹੜੀ ਆ ਪਲਾਨ ਨੂੰ ਬਹੁਤ ਵੱਡਾ ਕਰ ਦਿੱਤਾ ਕਿ ਹਰ ਸ਼ਹਿਰ ਦੇ ਉੱਤੇ ਇੱਕ MLA ਹਲਕੇ ਉੱਤੇ ਇੱਕ ਸੇਵਾ ਕੇਂਦਰ ਬਣੂਗਾ ਉਹ ਸੇਵਾ ਕੇਂਦਰ ਦਾ ਕੰਮ ਹੈ ਲੋਕਾਂ ਦੇ ਕਾਰਡ ਬਣਾਉਣੇ ਠੀਕ ਹੈ ਐਡ ਕਰਵਾਉਣੀ ਹੋਮ ਡਿਲੀਵਰੀ ਦੇਣੀ ਲੋਕਾਂ ਨੂੰ ਜੋਬ ਦੇਣੀ ਇਹ ਕੰਮ ਆ ਉਹਦਾ ਹੁਣ ਜੋਬ ਦੇ ਰਹੇ ਹੋ ਕਿਸਾਨੀ ਹੱਟ ਜਿਹੜਾ ਪੂਰੇ ਪੰਜਾਬ ਦੇ ਵਿੱਚ ਤਾਂ ਹੈਗਾ ਪੰਜਾਬ ਦੇ ਬਾਹਰ ਕਿੰਨੇ ਕੁ ਤੁਸੀਂ ਖੋਲ੍ਹੇ ਨੇ ਹੁਣ ਦੇਖੋ ਜੀ ਉੱਤਰਾਖੰਡ ਖੁੱਲ੍ਹ ਗਿਆ ਯੂਪੀ ਖੁੱਲ੍ਹ ਗਿਆ ਰਾਜਸਥਾਨ ਹਰਿਆਣਾ ਪੰਜਾਬ ਹੁਣ ਦਿੱਲੀ ਖੁੱਲ੍ਹ ਰਿਹਾ ਦੇਖੋ ਅਸੀਂ ਨਾ ਹੁਣ ਜੋ ਪਹਿਲਾਂ ਕਿਉਂਕਿ ਜਦੋਂ ਨਵਾਂ ਕੋਈ ਵੀ ਕੰਮ ਹੁੰਦਾ ਅੰਦੋਲਨ ਵਿੱਚ ਤੁਹਾਨੂੰ ਪਤਾ ਵੀ ਤੜਾ ਤੜ ਲੋਕ ਖੋਲ੍ਹ ਰਹੇ ਸੀ ਅਸੀਂ 6 ਮਹੀਨਿਆਂ 'ਚ ਬੜਾ ਕੁਛ ਸਿੱਖਿਆ ਛੇ ਮਹੀਨਿਆਂ ਦੇ ਵਿੱਚ ਦੇਖੋ ਪਹਿਲਾ ਕੰਮ ਹੁੰਦਾ ਲੋਕ ਤੁਹਾਡੇ 'ਤੇ ਨਾ ਪਹਿਲਾ ਕੰਮ ਥੋੜ੍ਹਾ ਮਜ਼ਾਕ ਕਰਦੇ ਆ ਜੋ ਤੁਸੀਂ ਕੰਮ ਕਰਦੇ ਹੋ ਲੈ ਵੱਡਾ ਬਣਨੀ ਆ
ਕਿਸਾਨੀ ਅੰਦੋਲਨ ਵਿੱਚ ਤੁਹਾਡੇ ਕੋਲ ਖਾਦ ਹੁੰਦੀ ਸੀ, ਬੈਨਰ ਚੱਕ ਕੇ ਘੁੰਮਦੇ ਹੁੰਦੇ ਸੀ, ਕਹਿੰਦੇ ਸੀ ਖੜ ਖੜ ਕੇ? ਨਹੀਂ ਨਹੀਂ, ਮੈਂ ਉਦੋਂ ਖੜ ਖੜ ਕੇ ਦੱਸਦਾ ਸੀ ਵੀ ਇੱਦਾਂ ਕਰੋ, ਤੁਸੀਂ ਮੇਰੀ ਵੀਡੀਓ ਕੀਤੀ, ਲੋਕ ਫਿਰ ਉਦੋਂ ਬਾਅਦ ਮਜ਼ਾਕ ਕਰਦੇ ਸੀ ਕਮੈਂਟਾਂ ਵਿੱਚ ਵੀ, ਲੈ ਇਹ ਤਾਂ ਇੱਦਾਂ ਇਹ ਤਾਂ ਉੱਦਾਂ। ਜਦੋਂ ਸ਼ੁਰੂ ਹੋ ਗਿਆ ਉਹ ਸ਼ੁਰੂ ਹੋਇਆ ਨਾ ਜਦੋਂ, ਅਤੇ ਉਦੋਂ ਬਾਅਦ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਫਿਰ ਲੋਕ ਵਿਰੋਧ 'ਤੇ ਆ ਗਏ, ਵਿਰੋਧ 'ਤੇ ਆ ਗਏ, ਕਈ ਕਈ ਬੰਦੇ ਆਏ। ਤਰੱਕੀ ਹੋਣ ਲੱਗ ਪਈ? ਤਰੱਕੀ ਤਾਂ ਮਹਾਰਾਜ ਨੇ ਕੀਤੀ, ਮੈਂ ਤੁਹਾਨੂੰ ਕਿਹਾ ਵੀ ਤਰੱਕੀ ਤਾਂ ਫੁੱਲ ਤਰੱਕੀ। ਜਦੋਂ ਲੋਕ ਆਏ ਅਤੇ ਵਿਰੋਧੀ ਵੀ ਆ ਗਏ, ਉਹਦੇ ਵਿੱਚ ਵਿਰੋਧੀ ਉਹ, ਹੁਣ ਤੁਹਾਨੂੰ ਪਤਾ ਨਹੀਂ ਵਿਰੋਧੀ ਤੁਹਾਡੇ ਅੰਦਰ ਆ ਕੇ ਬਾਹਰ ਆ ਕੀ ਆ, ਉਹਨਾਂ ਨੂੰ ਐਸ ਵੀ ਉਹਨੂੰ ਸਿੱਟ ਦਿਓ ਬੰਦੇ ਨੂੰ। ਉਹਨਾਂ ਨੇ ਫਿਰ ਇੱਕ ਇੱਕ ਚੈਨਲ ਵਾਲਾ ਵੀ ਪੱਟਿਆ, ਕਿਸੇ ਨੇ ਨਾਲ ਉਹਨੂੰ ਕੋਈ ਪੈਸੇ ਪੂਸੇ ਦਿੱਤੇ, ਉਹਨੂੰ ਦੇ ਕੇ ਲਿਆ ਕੇ ਅਤੇ ਕਰਵਾਇਆ। ਚਲੋ ਮਹਾਰਾਜ ਨੇ ਉਹਦਾ ਭਲਾ ਹੋਵੇ, ਆਪਾਂ ਕੀ ਲੈਣਾ ਉਹਦੇ ਤੋਂ। ਅਤੇ ਉਦੋਂ ਬਾਅਦ ਹੋਰ ਚੜ੍ਹਾਈ ਹੋ ਗਈ, ਜਦੋਂ ਉਹ ਕਹਿੰਦੇ ਵੀ ਉਹ ਤਾਂ ਰਾਤੋਂ ਰਾਤ ਦੌੜ ਚੜ੍ਹਗੇ, ਅਤੇ ਉਦੋਂ ਬਾਅਦ ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ ਵੀ ਲੋਕ ਉਦੋਂ ਜ਼ਿਆਦਾ ਜੁੜ ਗਏ। ਫਿਰ ਮੈਂ ਤੁਹਾਨੂੰ ਵਿੱਚ ਗੱਲ ਕਰ ਰਿਹਾ ਸੀ, ਪਹਿਲਾਂ ਮਜ਼ਾਕ ਕਰਦੇ ਆ ਲੋਕ, ਫਿਰ ਉਹਦਾ ਵਿਰੋਧ ਕਰਦੇ ਆ ਪੂਰਾ, ਅਤੇ ਤੀਜੇ ਨੰਬਰ 'ਤੇ ਜੁੜਦੇ ਆ, ਫਿਰ ਉਹ ਕਹਿੰਦੇ ਤੁਹਾਡੇ ਨਾਲ ਚੱਲਦੇ ਆ। ਉਹ ਤੀਜੀ ਸਟੇਜ ਸਾਡੀ ਆ ਗਈ ਹੁਣ, ਤੀਜੀ ਸਟੇਜ ਆ ਗਈ ਹੈ। ਸਿੱਖਿਆ ਕੀ ਹੈ? ਬਹੁਤ ਕੁਛ। ਦੋ ਹਜ਼ਾਰ ਆਪਾਂ 21 ਦੀ ਗੱਲ ਕਰੀਏ, ਤੁਹਾਡੇ ਜਦੋਂ ਇੰਟਰਵਿਊ ਹੋਇਆ ਸੀ 2021 ਦੇ ਵਿੱਚ, ਜਨਦੀਪ ਨੇ ਕੀਤਾ ਸੀ, ਉਸ ਦਿਨ ਤੋਂ ਲੈ ਕੇ ਅਤੇ ਇਹ ਫਜ਼ੀ ਮਹੀਨਾ ਚੱਲਦਾ ਪਿਆ, ਕੀ ਸਿੱਖਿਆ? ਇੱਕ 13 ਮਹੀਨੇ ਹੋ ਗਏ ਪੂਰੇ, 13 ਮਹੀਨਿਆਂ ਦੇ ਵਿੱਚ ਕੀ ਸਿੱਖਿਆ? ਜਨਵਰੀ ਦੀ ਪਹਿਲਾਂ ਜਨਵਰੀ ਸੀ, ਅੱਜ 13ਵਾਂ ਮਹੀਨਾ ਲੱਗ ਗਿਆ, ਥੋੜ੍ਹਾ ਸਾਲ ਹੋ ਗਿਆ। ਤੁਹਾਡੀ ਪਹਿਲੀ ਇੰਟਰਵਿਊ ਸੀ, ਪਹਿਲਾਂ ਇਹ ਸਿੱਖਿਆ ਕਿ ਮੈਂ ਕਹਿੰਦਾ ਵੀ ਸਿੱਖ ਸਿੱਖ ਨੂੰ ਨਾ ਮਾਰੇ ਅਤੇ ਕੌਮ ਕਦੇ ਵੀ ਨਾ ਹਾਰੇ, ਜਾਂ ਮੈਂ ਕਹਿੰਦਾ ਪੰਜਾਬੀ ਪੰਜਾਬੀ ਨੂੰ ਨਾ ਮਾਰੇ ਅਤੇ ਕੌਮ ਕਦੇ ਵੀ ਨਾ ਹਾਰੇ। ਪਹਿਲਾਂ ਇਹ ਸਿੱਖਿਆ, ਮੇਰੀ ਕੁਰਸੀ 'ਤੇ ਬਹਿ ਕੇ ਅੰਮ੍ਰਿਤਸਰ ਦਾ ਇੱਕ ਬੰਦਾ ਆਇਆ, ਉਹਨੇ ਹੱਥ ਜੋੜ ਕੇ ਕਿਹਾ ਕਿ ਮੇਰੇ ਘਰ ਦੇ ਵਿੱਚ ਵੀ ਮੈਂ ਸੁਸਾਈਡ, ਮੇਰੇ ਨੂੰ ਦੱਸਣਾ ਉਹਨੇ। ਅੱਜ ਉਹੀ ਬੰਦਾ ਮੇਰੀ ਕੁਰਸੀ 'ਤੇ ਬਹਿ ਕੇ ਮੇਰੇ ਸਟੋਰਾਂ ਨੂੰ ਖਰਾਬ ਕਰਕੇ, ਯਾਨੀ ਕਿ ਸਿਸਟਮ ਖਰਾਬ ਕਰਕੇ, ਅੱਜ ਉਹ ਮੇਰੇ ਸਟੋਰਾਂ ਦੇ ਉੱਤੇ ਕਿਸੇ ਨਾਲ ਰਲ ਕੇ ਪ੍ਰੋਡਕਟ ਤਿਆਰ ਕਰਕੇ ਉਹਨਾਂ ਨੂੰ ਕਹਿੰਦਾ ਵੀ ਮੇਰੇ ਤੋਂ ਸਮਾਨ ਲੈ ਲਓ। ਇਹ ਸਿੱਖਿਆ ਕਿ ਸਾਡੇ ਵਿੱਚ ਤੁਹਾਨੂੰ ਸਿੱਟਣ ਦੇ ਲਈ ਇੰਨੇ ਕੁ ਗਦਾਰ ਲੋਕ ਨੇ ਜਿਹੜੇ ਕਿ ਤੁਹਾਡੇ ਵਿੱਚ ਆ ਕੇ ਤੁਹਾਨੂੰ ਤੁਹਾਡੇ ਥੋੜੀਆਂ ਜੜ੍ਹਾਂ ਵੱਢਦੇ ਨੇ। ਅਤੇ ਦੂਜੇ ਵਾਸਤੇ ਇਹ ਸਿੱਖਿਆ ਕਿ ਕਈ ਬੰਦੇ ਐਸੇ ਨੇ, ਰਾਜਸਥਾਨ ਤੋਂ ਆ ਮੁੰਡਾ ਜਿਹੜਾ ਕਿ ਸਾਡੇ ਕਿਸਾਨ ਫਾਊਂਡੇਸ਼ਨ ਦਾ ਸਾਈਨ ਕਰਦਾ ਪ੍ਰੋਪਰੇਟਰ ਹੈ, ਉਸ ਗਰੀਬ ਬੰਦੇ ਦੇ ਘਰ ਮੈਨੂੰ ਲੱਗਦਾ ਵੀ ਕੱਚਾ, ਦੋ ਕਮਰੇ ਕੱਚੇ, ਦੋ ਪੱਕੇ ਆ, ਅਤੇ ਕਰੋੜਾਂ ਰੁਪਏ ਅਕਾਊਂਟ 'ਚ ਪਿਆ ਹੁੰਦਾ ਸੀ, ਹੁਣ ਵੀ ਆ ਸੀ ਜੋ, ਅਤੇ ਉਹ ਬੰਦੇ ਨੇ ਕਦੇ 1 ਰੁਪਏ ਦੀ ਰਫੇ ਨਹੀਂ ਕੀਤੀ। ਸਿੱਖਿਆ ਇਹ ਆ ਕਿ ਕਦੇ ਵੀ ਤੁਸੀਂ ਬੰਦੇ ਦਾ ਚਿਹਰਾ ਦੇਖ ਕੇ ਵਿਸ਼ਵਾਸ ਨਾ ਕਰੋ, ਇਹ ਸਿੱਖਿਆ। ਦੂਜਾ ਸਿੱਖਿਆ ਕਿ ਸਾਡੇ ਹੀ ਸਾਨੂੰ ਖਤਮ ਕਰਦੇ ਆ, ਸਾਡੇ ਸਿੱਖਿਆ ਜਿਹੜੇ ਲੋਕ ਕਹਿੰਦੇ ਸੀ ਕਾਰਪੋਰੇਟਰ ਨੂੰ ਕੱਢ ਦਿਓ ਕਰ ਦਿਓ, ਅਤੇ ਅੱਜ ਉਹੀ ਲੋਕ ਉਹਨਾਂ ਤੋਂ ਸਮਾਨ ਲੈਂਦੇ ਆ ਜਿਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਹਨਾਂ ਕੋਲ ਜਾ ਕੇ, ਇਹ ਸਿੱਖਿਆ। ਤੀਜਾ ਇਹ ਸਿੱਖਿਆ ਕਿ ਮੀਡੀਆ ਦੇ ਵਿੱਚ ਵੀ ਬੰਦੇ ਲੋਕ ਤੁਹਾਡੇ ਨਾਲ ਥੋੜ੍ਹੀ ਚੜ੍ਹਾਈ ਵੇਲੇ ਖੜ੍ਹਦੇ ਆ, ਜਦੋਂ ਮਾੜੀ ਜਿਹੀ ਗੱਲ ਹੋ ਗਈ ਮਾੜੀ ਉਦੋਂ ਭੱਜ ਜਾਂਦੇ ਆ, ਫੋਨ ਵੀ ਨਹੀਂ ਚੱਕਦੇ, ਇਹ ਸਿੱਖਿਆ। ਇਹ ਸਿੱਖਿਆ ਕਿ ਜਦੋਂ ਤੁਹਾਡਾ ਸਮਾਂ ਚੰਗਾ ਹੁੰਦਾ ਉਦੋਂ ਤੁਹਾਨੂੰ ਲੋਕ ਰੱਬ ਬਣਾ ਕੇ ਪੂਜਦੇ ਆ, ਅਤੇ ਜਦੋਂ ਤੁਹਾਡੀ ਮਾੜੀ ਜਿਹੀ ਕੋਈ ਗੱਲ ਹੋ ਜੇ ਉਸੇ ਵੇਲੇ ਤੁਹਾਨੂੰ ਉਲਟ ਚੱਲ ਪੈਂਦੇ ਆ, ਇਹ ਸਿੱਖਿਆ। ਇਹ ਸਿੱਖਿਆ ਕਿ ਜਿਹੜੀ ਕਿਸਾਨ ਦੀ ਦੁਕਾਨ, ਕਿਸਾਨੇ ਸਾਰਾ ਟ ਲਾ ਲਓ, ਤਾਂ ਮੈਂ ਕਹਿੰਦਾ ਜਾਂ ਦੁਕਾਨ ਲਾ ਲਓ, ਇਹ ਇੱਕ ਤਪ ਹੈ ਜਿਹਦੇ 'ਚ ਮੈਂ ਇੱਕ ਸਾਲ ਲਿਆ ਸੀ ਬੰਦਿਆਂ ਤੋਂ, ਔਰ ਜੂਨ ਵਿੱਚ ਪਹਿਲਾਂ ਸਟੋਰ ਖੁੱਲ੍ਹਿਆ ਸੀ ਅਤੇ ਜੂਨ ਨੂੰ ਸਾਲ ਹੋਣਾ। ਮੈਂ ਕਿਹਾ ਸੀ ਵੀ ਉਦੋਂ ਬਾਅਦ 1 ਸਾਲ ਮੈਨੂੰ ਦੇ ਦਿਓ, ਉਦੋਂ ਬਾਅਦ ਤੁਸੀਂ ਜੋ ਜੇ ਤੁਹਾਨੂੰ ਨਾ ਲੱਗੇ ਮੈਨੂੰ ਪੈਸੇ ਪੁੱਠੇ ਲੈ ਜਾਏ, ਔਰ ਮੈਂ ਕਰੋੜਾਂ ਰੁਪਏ ਦਾ ਲੋਕਾਂ ਦਾ ਸਮਾਨ ਵਾਪਸ ਲਿਆ। ਮੇਰੇ ਕੋਲ ਖਰਾਬ ਐਕਸਪਾਇਰ ਸਮਾਨ ਵੀ ਆਇਆ, ਖਾਧਾ ਲੋਕਾਂ ਦਾ ਚੂਹੇ ਦਾ ਸਮਾਨ ਵੀ ਆਇਆ, ਮੈਂ ਚੱਕ ਕੇ ਸਿੱਟਦਾ। ਮੈਂ ਇਹ ਨਹੀਂ ਕਿਹਾ ਕਿ ਬਾਈ ਤੁਸੀਂ ਵਾਪਸ ਕਿਉਂ ਦੇ ਰਹੇ ਹੋ, ਮੈਨੂੰ ਪਤਾ ਸੀ ਕਿ ਕੱਲ੍ਹ ਨੂੰ ਇਹੀ ਲੋਕ ਬਿਨਾਂ ਵਾਅਦੇ ਤੋਂ ਕਰਨਗੇ। ਇਹ ਸਿੱਖਿਆ ਕਿ ਬੰਦਾ ਲਾਲਚ ਦੇ ਲਈ ਕਿਸਾਨ ਹੱਟ ਦੇ ਬੈਨਰ ਦੇ ਹੇਠਾਂ ਵੀ ਮਤਲਬ ਬਾਜ਼ਾਰ 'ਚੋਂ ਲਿਆ ਕੇ ਨਕਲੀ ਸਮਾਨ ਵੇਚਦੇ ਆ, ਔਰ ਅਸੀਂ ਉਸੇ ਦੇ ਵਾਸਤੇ ਹੀ ਇੱਕ ਪਲਾਨ ਬਣਾਤਾ ਕਿ ਵੈਬਸਾਈਟ ਦੇ ਉੱਤੇ ਸਾਡੀ ਦੇ ਉੱਤੇ ਕਿਸਾਨ ਹੱਟ ਦੀ ਉੱਤੇ ਜਿਹੜਾ ਰਜਿਸਟਰਡ ਹੋਊਗਾ ਉਹੀ ਸਾਡਾ ਕਿਸਾਨ ਹੱਟ ਹੈ। ਯਾਨੀ ਮੰਨ ਕੇ ਚਲੋ ਜਿਵੇਂ ਸਾਡਾ ਇੱਕ ਆ ਪ੍ਰੋਡਕਟ ਪਿਆ ਤੁਹਾਡੇ ਸਾਹਮਣੇ ਕਿਸਾਨ 13-13, ਬਈ ਮੈਂ ਕਿਸਾਨਾਂ ਨੂੰ ਇਹ ਕਹੂੰਗਾ ਕਿਸੇ ਬੰਦੇ ਨੂੰ ਵੀ ਆਹ 13-13 ਦਾ ਲੋਗੋ ਜ਼ਰੂਰ ਵੇਖ ਲਿਓ। ਕਈ ਬੰਦੇ ਕੁਛ ਲਿਖ ਲਿਆ ਵੀ ਸਾਡੇ ਲੋਕਾਂ ਦੀ ਇੱਕ ਬਹੁਤ ਪ੍ਰੋਬਲਮ ਹੈ ਕਿ ਉਹ ਕਿਸਾਨ ਹੱਟ ਦੇ ਬੈਨਰ ਥੱਲੇ ਮਾੜੀਆਂ ਚੀਜ਼ਾਂ ਲੋਕਾਂ ਨੂੰ ਵੇਚਦੇ ਆ ਕਈ ਲੋਕ, ਇਹਦੇ ਤੋਂ ਬਚੋ। ਇੱਥੇ ਤਾਂ ਲਿਖਾਇਆ ਟੈਗਲਾਈਨ, ਇਹ ਤਾਂ ਸਾਡਾ ਬ੍ਰਾਂਡ ਆ ਨਾ ਕਿਸਾਨ ਹੱਟ 13, ਅਤੇ ਕਿਸਾਨ 13-13 ਕਿਸਾਨ ਹੱਟ ਦਾ ਬ੍ਰਾਂਡ ਆ, ਪਰ ਲੋਕ ਕੀ ਕਰਦੇ ਆ, ਮੈਂ ਪਿੱਛੇ ਖੁੱਲ੍ਹ ਦਿੱਤੀ ਸੀ ਵੀ ਹੁਣ ਅਸੀਂ ਵੇਚਦੇ ਹਾਂ ਸਾਰਾ ਐਕਸਪੋਰਟ ਕੁਆਲਿਟੀ ਮਾਲ, ਸਾਰਾ ਟੌਪ ਦਾ ਮਾਲ, ਅਤੇ ਜੇ ਬਾਜ਼ਾਰ ਉਹ ਕਹਿੰਦਾ ਭਾਅ ਜੀ ਸਾਡੇ ਲੋਕ ਸਸਤਾ ਵੀ ਮੰਗਦੇ ਆ, ਜੇ ਕਰ ਸਾਡਾ ਹੈ ਤਾਂ ਸਸਤਾ, ਪਰ ਉਹਨਾਂ ਨੂੰ ਕਦੇ ਪੈਕਿੰਗ ਵਾਲਾ ਮਾਲ ਹੀ ਨਹੀਂ ਖਰੀਦਿਆ, ਜਾਂ ਉਹਨਾਂ ਦੇ ਮਨ 'ਚ ਸੀ ਵੀ ਦਾਲਾਂ ਬਾਜ਼ਾਰੋਂ ਮੰਨ ਲਓ ਜੇ ਕੋਈ ਦਾਲ 70 ਰੁਪਏ ਦੀ ਆ ਅਤੇ ਉਹ 75 ਰੁਪਏ ਵੇਚ ਕੇ ਅਤੇ 500 ਰੁਪਏ ਕੁਇੰਟਲ ਦਾ ਕਮਾ ਰਿਹਾ ਦੁਕਾਨਦਾਰ, ਸਾਡੇ ਵਾਲੀ ਦੇ ਉੱਤੇ 600 ਰੁਪਇਆ ਦਾ ਪੈਕਿੰਗ ਖਰਚਾ ਪੈ ਜਾਂਦਾ, ਜਾਂ ਮਤਲਬ ਐਕਸਪੋਰਟ ਕੁਆਲਿਟੀ ਆ ਵੈਸੇ 5 ਰੁਪਏ ਮਹਿੰਗੀ ਆ, ਅਤੇ ਉਹਨਾਂ ਨੇ ਬਾਜ਼ਾਰੋਂ ਚੱਕ ਕੇ ਸੀ ਜੇ ਬਾਜ਼ਾਰੋਂ ਚੱਕ ਕੇ ਵੇਚ ਲਓ, ਤੁਸੀਂ ਇਹ ਨਾ ਸੋਚੋ ਕਿ ਵੀ ਜਗਦੇਵ ਸਿੰਘ ਨੇ ਤੁਹਾਨੂੰ ਗੁਲਾਮ ਬਣਾ ਲਿਆ, ਪਰ ਉਹਦਾ ਨੁਕਸਾਨ ਕੀ ਹੋਇਆ ਵੀ ਲੋਕਾਂ ਨੂੰ ਮਤਲਬ ਲੋਕਾਂ ਨੇ ਕੀ ਕੀਤਾ ਵੀ ਬਾਜ਼ਾਰ ਦਾ ਮਾੜਾ ਸਮਾਨ ਵੀ ਵੇਚਣਾ ਸ਼ੁਰੂ ਕਰਤਾ। ਅੱਛਾ ਹੁਣ ਅਹਿਮ ਸਵਾਲ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਖੋਲ੍ਹਦੇ ਹੋ, ਪਿੰਡਾਂ ਵਿੱਚ ਪਿੰਡਾਂ ਲੋਕਾਂ ਨੂੰ ਕੀ ਫਾਇਦਾ ਹੋਊ?
ਉਹ ਪਿੰਡਾਂ ਤੋਂ ਸ਼ਹਿਰ ਵਾਲੇ ਪਾਸੇ ਤਾਂ ਲਿਜਾਏ ਜਾ ਸਕਦੇ ਨੇ, ਪਿੰਡਾਂ ਵਿੱਚ ਫਿਰ ਕਿਵੇਂ ਫਲ ਅਤੇ ਸਬਜ਼ੀਆਂ ਵਿਕਣਗੀਆਂ? ਦੂਸਰੇ ਪਾਸੇ ਅਹਿਮ ਸਵਾਲ ਹੈ ਕਿ ਫਾਇਦਾ ਕੀ ਹੋਊਗਾ, ਕਿ ਸਾਰਾ ਸੇਮ ਹੀ ਸਕੀਮ ਚੱਲੂਗੀ ਕਿ ਪਿੰਡ ਵਾਸਤੇ ਅਲੱਗ ਹੈ? ਸਾਰੇ ਸਟੋਰਾਂ ਦੀ ਕੋਈ ਸਕੀਮ ਚੱਲੂਗੀ? ਤੁਹਾਨੂੰ ਮੈਂ ਦੱਸ, ਜਿੰਨੇ ਵੀ ਸਟੋਰ ਤੁਹਾਡੇ ਪੰਜਾਬ ਦੇ, ਮੈਂ ਦੱਸਦਾ ਵੀ ਇੱਕ ਸ਼ਹਿਰ ਵਿੱਚ ਇੱਕ ਸਾਡਾ ਸੇਵਾ ਕੇਂਦਰ ਬਣ ਜਾਊਗਾ, ਉਹ ਸਾਰਿਆਂ ਨੂੰ ਕੰਟਰੋਲ ਕਰੂਗਾ, ਇੱਕ ਨੰਬਰ। ਦੂਜਾ ਨੰਬਰ, ਇੱਥੋਂ ਸਬਜ਼ੀ ਤਿਆਰ ਹੋ ਗਈ, ਉਹ ਸੇਵਾ ਕੇਂਦਰ ਕਹੂਗਾ ਵੀ ਇੱਥੋਂ ਤੁਸੀਂ ਸਬਜ਼ੀ ਲੁਧਿਆਣੇ ਭੇਜ ਦਿਓ, ਵੀ ਉੱਥੋਂ ਵਾਲੇ ਸਟੋਰ 'ਤੇ ਇੰਨੀ ਡਿਮਾਂਡ ਹੈ ਕੱਲ੍ਹ ਨੂੰ। ਤੀਜੇ ਨੰਬਰ ਦੇ ਵਿੱਚ ਇੱਥੋਂ ਦੁੱਧ ਭੇਜ ਦਿਓ, ਉੱਥੇ ਇਹੀ ਸਟੋਰ ਵਾਲੇ ਭੇਜਣਗੇ, ਇਹੀ ਸਟੋਰ ਵਾਲੇ ਇੱਥੋਂ ਭੇਜਣਗੇ, ਉਹਦਾ ਪੂਰੇ ਦਾ ਪੂਰਾ ਸੌਫਟ। ਕਿਸਾਨ ਨੇ ਆਪਣੀ ਵੇਚਤੀ ਇੱਥੇ? ਕਿਸਾਨ ਨੇ ਇੱਥੇ ਵੇਚਤੀ, ਇੱਥੋਂ ਉੱਥੇ ਪਹੁੰਚ ਗਈ, ਇੱਥੇ ਦੁੱਧ ਵੀ ਵੇਚਤਾ, ਜਿਵੇਂ ਡੇਅਰੀ ਬਣ ਰਹੀ ਆ, ਦੁੱਧ ਉੱਥੇ ਲੁਧਿਆਣੇ ਪਹੁੰਚ ਗਈ, ਲੁਧਿਆਣੇ ਸਟੋਰ 'ਤੇ ਉਹ ਵਿਕਰੀ ਹੋ ਗਈ, ਉੱਥੋਂ ਜਿਹੜਾ ਪ੍ਰੋਡਕਟ ਸੀ ਉਹ ਇੱਥੇ ਆ ਗਿਆ। ਫਿਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਸ਼ਹਿਰਾਂ 'ਚੋਂ ਮਿਲਦੀਆਂ ਸੀ ਜਾਂ ਉੱਧਰ ਨੂੰ ਭੱਜਦੇ ਸੀ, ਉਹ ਸਾਰੇ ਬ੍ਰਾਂਡਡ, ਯਾਨੀ ਬ੍ਰਾਂਡਡ ਕਹਿ ਰਹੇ ਕਿਸਾਨ ਹੱਟ ਦਾ ਪ੍ਰੋਡਕਟ, ਉਹ ਅਸੀਂ ਇਹਨਾਂ ਨੂੰ ਸਸਤਾ ਦਿੱਤਾ ਇੱਥੇ, ਇੱਕ ਕਾਰਡ ਬਣਾਦਾ 1900 ਦਾ ਸਮਾਨ 1000  'ਚ ਦਿੰਦਾ, ਅੱਧਾ, ਸਭ ਤੋਂ ਸਸਤਾ, ਸਭ ਤੋਂ ਵਧੀਆ। ਅੱਛਾ, ਜੇ ਹੁਣ ਕੋਈ ਸਪੋਜ਼ ਕਰੋ ਕਿ ਪਿੰਡ ਵਾਲਾ ਨੌਜਵਾਨ ਨੌਕਰੀ ਨਹੀਂ ਕਰਨਾ ਚਾਹੁੰਦਾ ਸ਼ਹਿਰ ਵਿੱਚ, ਜਿੱਥੇ ਕਿਸਾਨੀ ਹੱਟ ਖੋਲਦਾ, ਉੱਥੇ ਉਹਨਾਂ ਵਾਸਤੇ ਕੋਈ ਹੈਗਾ ਵੀ ਉੱਥੇ ਹੀ ਕਰ ਸਕਦਾ ਨੌਕਰੀ? ਦੇਖੋ ਜੀ, ਸਾਡੇ ਉੱਥੇ ਜਾ ਕੇ ਬੰਦਾ ਆਪਦਾ ਨਾਮ ਲਿਖਾਵੇ, ਅਸੀਂ ਸਾਡੇ ਕੋਲ ਬਹੁਤ ਓਪਰਚੁਨਿਟੀ ਆ। ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀਰ ਜੀ, ਅਸੀਂ ਸਾਡੇ ਵੱਲੋਂ ਆਫਰ ਫੁੱਲ ਹੈ, ਪਰ ਇੱਥੇ ਲੋਕ ਕੰਮ ਕਰਕੇ ਰਾਜੀ ਨਹੀਂ, ਲੋਕ ਵਟਸਐਪ ਦੇ ਉੱਤੇ ਸਾਰਾ ਦਿਨ ਲੱਗੇ ਰਹਿੰਦੇ ਨੇ, ਫੇਸਬੁੱਕ 'ਤੇ ਲੱਗੇ ਰਹਿੰਦੇ ਨੇ, ਇਹ ਕੈਨੇਡਾ ਅਮਰੀਕਾ ਨੂੰ ਤਾਂ ਭੱਜਦੇ ਨੇ ਲੋਕ ਵੀ ਉੱਥੇ ਸ਼ਾਇਦ ਡਾਲਰ ਰੁੱਖਾਂ ਨੂੰ ਲੱਗਦੇ ਆ, ਪਰ ਜਿਹੜਾ ਇੱਥੇ ਆ ਇੱਥੇ ਕੰਮ ਲੈਣਾ ਕਰਨਾ ਪੈਂਦਾ। ਅੱਜ ਤਾਂ ਕਹਿੰਦੇ ਆਓ, ਜਿੰਨੇ ਬੰਦੇ ਕਹੋਗੇ ਕੰਮ ਦੇ ਦਾਂਗੇ, ਕੋਈ ਦਿੱਕਤ ਥੋੜ੍ਹਾ? ਅੱਛਾ, ਮੈਂ ਇੱਕ ਆਖਰੀ ਸਵਾਲ ਹੈ ਕਿ ਹੁਣ 295 ਇਹ ਤੁਸੀਂ ਕਿਸਾਨੀ ਹੱਟ ਖੋਲਿਆ, ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਪ੍ਰੋਫਿਟ ਕਮਾ ਰਹੇ ਹੋ, ਨੌਕਰੀਆਂ ਵੀ ਦੇ ਰਹੇ ਹੋ, ਪ੍ਰੋਡਕਟ ਵੀ ਲੈ ਕੇ ਆ ਰਹੇ ਹੋ, ਮੁਕਾਮ ਕੀ ਹੁਣ ਹਾਸਲ ਕਰੋਗੇ ਆਉਣ ਵਾਲੇ ਸਮੇਂ 'ਚ? ਲੱਗਦਾ ਵੀ ਇੰਡੀਆ ਤੋਂ ਬਾਹਰ ਵੀ ਜਾ ਕੇ ਕਿਸਾਨੀ ਹੱਟ ਖੁੱਲ ਸਕਦਾ? ਦੇਖੋ ਜੀ, ਇੰਡੀਆ ਫੋਨ ਵਗੈਰਾ ਆਉਂਦਾ ਨੇ ਇੱਕ ਫੋਨ ਕਾਲ, ਮੈਂ ਕਹਿੰਦਾ ਜੀ 1000, ਮੇਰੇ ਕੋਲ 4 ਵਟਸਐਪ ਚੱਲਦੇ ਨੇ, 4 ਦੇ ਵਿੱਚ 10000 ਦਾ NRI ਦਾ ਨੰਬਰ ਹੈ, ਉਹ ਕਹਿੰਦੇ ਕੋਈ ਕਹਿੰਦਾ ਕੈਨੇਡਾ ਖੋਲੋ, ਅਮੈਰੀਕਾ, ਅਸੀਂ ਪਹਿਲਾਂ ਆਪਦਾ ਪੰਜਾਬ ਕਵਰ ਕੀਤਾ ਕਰਾਂਗੇ, ਫਿਰ ਨਾਲ ਦੀਆਂ ਸਟੇਟਾਂ ਕਰਾਂਗੇ, ਫਿਰ ਦੇ ਉਸ ਤੋਂ ਬਾਅਦ ਕੈਨੇਡਾ ਅਮੈਰੀਕਾ ਵੱਲ ਤੁਰਾਂਗੇ ਬਾਅਦ ਵਿੱਚ। ਇਹ ਨਹੀਂ ਕਿ ਅੱਜ ਅਸੀਂ ਉੱਧਰ ਨੂੰ ਦੌੜ ਲਈਏ, ਉੱਧਰ ਅੱਗਾ ਦੌੜ ਪਿੱਛਾ ਚੌੜ, ਉਹ ਕੋਈ ਨਹੀਂ, ਮੁਕਾਮ ਹੈ ਟੌਪ ਦਾ, ਟੌਪ ਕਰਨਾ ਔਰ ਸਭ ਨੂੰ ਕਰਾਉਣਾ, ਟੌਪ ਦਾ ਮਤਲਬ ਸਮਝਦੇ ਹੋ ਬਈ ਯਾਰ, ਅਗਲਾ ਬੰਦਾ ਆਵੇ ਉਹ ਕਹਿੰਦਾ ਸਮਾਨ ਹੀ ਕਿਸਾਨ ਹੱਟ ਦਾ ਲੈਣਾ, ਕੱਪੜਾ ਵੀ ਕਿਸਾਨ ਹੱਟ ਦਾ, ਦੁੱਧ ਵੀ ਕਿਸਾਨ ਹੱਟ ਦਾ, ਤੁਸੀਂ ਲੁਧਿਆਣੇ ਆਓ, ਗਜਰੇਲਾ ਖਵਾਓਗੇ ਕਿਸਾਨ ਹੱਟ ਦਾ ਆਪਦਾ ਬਣਾਇਆ। ਮੈਂ ਜਗਦੇਵ ਸਿੰਘ ਨਾਲ ਦੁਬਾਰਾ ਫਿਰ ਤੁਹਾਡਾ ਮੁਲਾਕਾਤ ਕਰਾਂਗਾ ਜੋ ਅਗਲਾ ਕਿਸਾਨੀ ਹੱਟ ਖੋਲਿਆ। ਸਵਾਲ ਲੈ ਲਏ ਹੋਰ ਵੀ ਨੇ, ਅੱਜ ਦਾ ਮੇਨ ਟੋਪਿਕ ਇਹ ਸੀ ਕਿ ਨੌਕਰੀਆਂ ਮਿਲ ਸਕਦੀਆਂ ਨੇ ਕਿਸਾਨੀ ਹੱਟ ਦੇ ਵਿੱਚ, ਕੰਟੈਕਟ ਕਰ ਸਕਦੇ ਹੋ, ਨੰਬਰ ਤੁਸੀਂ ਦੇਖਦੇ ਹੋ ਸਾਡੀ ਸਕਰੀਨ ਉੱਤੇ ਨੰਬਰ ਮੌਜੂਦ ਹੈ, ਕਿਸੇ ਵੀ ਨੌਜਵਾਨ ਨੇ ਨੌਕਰੀ ਕਰਨੀ ਹੈ ਕੰਟੈਕਟ ਕਰੋ, ਆਪਣਾ ਨਾਮ ਲਿਖਾਓ। ਦੂਸਰੇ ਪਾਸੇ 750 ਕਿਸਾਨ ਜੋ ਸ਼ਹੀਦ ਹੋਇਆ ਸੀ, ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਪਹਿਲ ਹੈ, ਤਾਂ ਹੋ ਜੁੜੇ ਰਹਾਂਗੇ ਕਿਸਾਨੀ ਹੱਟ ਦੇ ਨਾਲ। ਵੀ ਕਿਸੇ ਨੇ ਸਟੋਰ ਵੀ ਖੋਲ੍ਹਣਾ ਹੋਵੇ, ਮਤਲਬ ਕਿ ਆਪਣਾ ਕਸਟਮਰ ਸੇਵਾ ਸੈਂਟਰ ਵੀ ਲੈਣਾ, ਤਾਂ ਉਹਦੇ ਵਾਸਤੇ ਵੀ ਸੰਪਰਕ ਕਰ ਸਕਦੇ। ਜੇ ਕਿਸੇ ਨੇ ਸਟੋਰ ਖੋਲ੍ਹਣਾ ਜਾਂ ਕੋਈ ਵੀ ਹੋਰ ਵੀ ਜਾਣਕਾਰੀ ਲੈਣੀ ਹੈ, ਨੰਬਰ 'ਤੇ ਸੰਪਰਕ ਕਰ ਸਕਦੇ ਹੋ, ਤਾਂ ਦੁਬਾਰਾ ਫਿਰ ਮੁਲਾਕਾਤ ਕਰਾਂਗੇ ਜਗਦੇਵ ਸਿੰਘ ਦੇ ਨਾਲ। ਕਿਤੇ ਹੋਰ ਕਿਸਾਨੀ ਹੱਟ ਖੁੱਲੂਗਾ ਤਾਂ ਹੋਰ ਵੀ ਬਹੁਤ ਸਵਾਲ ਨੇ ਜੋ ਤੁਹਾਡੇ ਕਮੈਂਟ ਆਉਂਦੇ ਨੇ, ਫੋਨ ਕਾਲ ਆਉਂਦੇ ਨੇ, ਉਹਨਾਂ ਸਵਾਲਾਂ ਦੇ ਵੀ ਜਵਾਬ ਲੈਣ ਦੀ ਕੋਸ਼ਿਸ਼ ਆਪਾਂ ਅਗਲੇ ਐਪੀਸੋਡ ਵਿੱਚ ਕਰਾਂਗੇ।